ਚਾਰ ਦਿਨ ਦੀ ਪੈਰੋਲ ਤੇ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆਉਂਦੇ ਪਏ ਨੇ, ਇਹ ਖਬਰ ਤੁਸੀਂ ਸੁਣ ਹੀ ਲਈ ਹੋਣੀ ਹੈ। ਪਰ ਜੇਕਰ ਗੱਲ ਕੀਤੀ ਜਾਵੇ ਖਡੂਰ ਸਾਹਿਬ ਤੋਂ MP ਜਿਨ੍ਹਾਂ ਨੂੰ ਲੋਕਾਂ ਦਾ ਬਹੁਤ ਵੱਡਾ ਫਤਵਾ ਮਿਲਿਆ, ਕੁਲਬੀਰ ਜ਼ੀਰਾ ਨੂੰ ਹਰਾਇਆ, ਵਾਰਿਸ ਪੰਜਾਬ ਦੇ ਮੁਖੀ ਕਿਵੇਂ ਬਣੇ ਅਤੇ ਉਸ ਤੋਂ ਬਾਅਦ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਹੁਣ ਉਹ ਬਾਹਰ ਆਉਂਦੇ ਪਏ ਹੈ ਅਤੇ 5 ਜੁਲਾਈ ਨੂੰ ਸੰਵਿਧਾਨ ਦੀ ਸਹੁੰ ਚੁੱਕੀ ਜਾਵੇਗੀ ਅਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ, ਕੁਝ ਸ਼ਰਤਾਂ 'ਤੇ ਬਾਹਰ ਆਉਂਦੇ ਪਏ ਹੈ ਅੰਮ੍ਰਿਤਸਰ ਦੇ DC ਘਨਸ਼ਾਮ ਧੂਰੀ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੁਝ ਗੱਲਾਂ ਆਖੀਆਂ ਗਈਆਂ ਨੇ। ਅਤੇ ਦੂਸਰੇ ਪਾਸੇ ਭਾਈ ਅੰਮ੍ਰਿਤਪਾਲ ਦੇ ਵਕੀਲ ਰਾਜਦੇਵ ਖਾਲਸਾ ਦੇ ਵੱਲੋਂ ਵੀ ਕੁਝ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਹੈ। ਪਰ ਸਭ ਦੇ ਵਿੱਚ ਸਭ ਤੋਂ ਵੱਡੀ ਗੱਲ ਕੀ ਹੈ, ਜਦੋਂ ਇੱਕ ਖਡੂਰ ਸਾਹਿਬ ਦੇ ਵਿੱਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਹੋਰੀ ਜੇਲ੍ਹ ਦੇ ਵਿੱਚੋਂ ਇਹ ਇੱਕ ਸੋਚ ਲੈ ਕੇ ਆਉਂਦੇ ਆ ਕਿ ਜਿਸ ਤਰ੍ਹਾਂ ਬੰਦੀ ਸਿੰਘਾਂ ਨੂੰ ਲੈ ਕੇ, ਰਿਹਾਈ ਨੂੰ ਲੈ ਕੇ ਅਲੱਗ ਅਲੱਗ ਸਰਕਾਰਾਂ ਦੇ ਵੱਲੋਂ ਉਸ ਸਮੇਂ ਦੇਖਿਆ ਗਿਆ ਹੈ, ਆਵਾਜ਼ ਬੁਲੰਦ ਕੀਤੀਆਂ ਜਾਂਦੀਆਂ ਜਦੋਂ ਰਾਜ ਦੇ ਵਿੱਚ, ਦੇਸ਼ ਦੇ ਵਿੱਚ ਚੋਣਾਂ ਦਾ ਮਾਹੌਲ ਗਰਮ ਹੋਵੇ। ਅਤੇ ਉਸ ਤੋਂ ਬਾਅਦ ਇਹ ਸੁਣਨ ਨੂੰ ਮਿਲਿਆ ਕਿ ਸੋਚ ਦੇ ਵਿੱਚ ਚੇਂਜ ਆਇਆ ਅਤੇ ਜੇਲ੍ਹ ਦੇ ਵਿੱਚੋਂ ਸਿਆਸਤ ਦੇ ਵਿੱਚ ਉਤਰਨ ਦਾ ਮਨ ਬਣਾ ਲਿਆ ਅਤੇ ਜਿਵੇਂ ਹੀ ਉਹ ਆਪਣੇ ਆਪ ਨੂੰ ਨੋਮੀਨੇਟ ਕਰਦੇ ਆ ਖਡੂਰ ਸਾਹਿਬ ਤੋਂ ਤਾਂ ਲੋਕਾਂ ਨੇ ਹਾਂ ਦਾ ਨਾਰਾ ਮਾਰਿਆ ਅਤੇ ਉਸ ਨਾਰੇ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ 4 ਲੱਖ ਤੋਂ ਵੱਧ ਵੋਟਾਂ ਦੇ ਨਾਲ, 38% ਵੋਟਾਂ ਦੇ ਨਾਲ ਕੁਲਬੀਰ ਜ਼ੀਰਾ ਨੂੰ ਹਰਾ ਗਏ ਅਤੇ ਇਸ ਦੇ ਨਾਲ ਹੀ ਇੱਕ ਨਵੀਂ ਕਹਿੰਦੇ ਆ ਕਿ ਲਹਿਰ ਉੱਠੀ ਹੋਈ ਹੈ। ਇਸ ਲਹਿਰ ਦੇ ਵਿੱਚ ਜਿਵੇਂ ਹੀ ਇਹ ਕਿਆਸ ਲਗਾਈਆਂ ਜਾਂਦੀਆਂ ਸੀ ਕਿ ਜਦੋਂ ਬਾਕੀ MP ਸਾਹਿਬਾਨ ਨੂੰ ਉਹਨਾਂ ਨੇ ਹਲਫ ਲਿਆ MP ਹੋਣ ਦਾ, ਸਹੁੰ ਚੁੱਕੀ ਗਈ ਤਾਂ ਅੰਮ੍ਰਿਤਪਾਲ ਹੋਣੀ ਵੀ ਬਾਹਰ ਆਉਣਗੇ। ਪਰ ਹੋਇਆ ਕਿ 1 ਸਾਲ ਦਾ ਹੋਰ NSA 2025 ਤੱਕ ਲਗਾ ਦਿੱਤਾ ਗਿਆ ਸੀ। ਪਰ ਹੁਣ ਜੋ ਪਹਿਲੀਆਂ ਖਬਰਾਂ ਸਾਹਮਣੇ ਆਉਂਦੀਆਂ ਪਈਆਂ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਰਬਜੀਤ ਖਾਲਸਾ ਜਿਹੜੇ ਫਰੀਦਕੋਟ ਤੋਂ ਸਾਂਸਦ ਬਣੇ ਨੇ ਉਹਨਾਂ ਦੇ ਵੱਲੋਂ, ਜਿਹੜੇ ਉੱਥੋਂ ਦੇ ਸਪੀਕਰ ਓਮ ਬਿਰਲਾ ਨੇ ਸੰਸਦ ਦੇ, ਉਹਨਾਂ ਦੇ ਨਾਲ ਉਹਨਾਂ ਦੇ ਰਿਹਾਇਸ਼ ਦੇ ਵਿੱਚ ਮੁਲਾਕਾਤ ਕੀਤੀ ਗਈ ਅਤੇ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਓਮ ਬਿਰਲਾ ਹੋਰਾਂ ਦੇ ਵੱਲੋਂ ਵੀ ਸਹਿਮਤੀ ਅਲਾਓ ਕਰ ਦਿੱਤਾ ਗਿਆ ਹੈ ਅਤੇ ਹੁਣ ਅੰਮ੍ਰਿਤਪਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਪਏ ਹੈ। 4 ਦਿਨ ਦੀ ਪੈਰੋਲ ਮਿਲੀ ਹੈ ਅਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਨਾਲ ਉਹਨਾਂ ਨੂੰ ਲੈਣ ਲਈ ਚਲੇ ਗਈ ਹੈ। ਅਤੇ ਸਭ ਦੇ ਵਿੱਚ 2 ਗੱਲਾਂ ਅਹਿਮ ਨੇ, ਭਾਈ ਅੰਮ੍ਰਿਤਪਾਲ ਦੇ ਨਾਲ ਹੋਰ ਕਿਹੜਾ ਜੇਲ੍ਹ ਦੇ ਵਿੱਚ ਕੈਦੀ ਆ ਜਿਹੜਾ ਬਾਹਰ ਆਉਂਦਾ ਪਿਆ ਹੈ। ਗੱਲ ਕਰਦੇ ਹਾਂ ਰਾਸ਼ਿਦ ਇੰਜੀਨੀਅਰ ਰਾਸ਼ਿਦ ਦੀ, ਜਿਸ ਨੂੰ ਕਿ ਅਬਦੁਲ ਰਾਸ਼ਿਦ ਜਿਹੜਾ ਨਾਮ ਆ ਉਸਨੂੰ ਇੰਜੀਨੀਅਰ ਰਾਸ਼ਿਦ ਦੇ ਨਾਲ ਜਾਣਿਆ ਜਾਂਦਾ। NIA ਦੇ ਵੱਲੋਂ ਵੀ ਪਰਮਿਸ਼ਨਾਂ ਦੇ ਦਿੱਤੀਆਂ ਗਈਆਂ ਨੇ। ਜੇਕਰ ਅਬਦੁਲ ਰਾਸ਼ਿਦ ਦੀ ਗੱਲ ਕੀਤੀ ਜਾਵੇ ਤਾਂ 2017 ਦੇ ਵਿੱਚ ਟੈਰਰ ਫੰਡਿੰਗ ਮਾਮਲੇ ਨੂੰ ਲੈ ਕੇ ਉਹ ਜੇਲ੍ਹ ਦੇ ਵਿੱਚ ਨੇ ਅਤੇ ਉਹ ਉੱਥੋਂ ਸਾਂਸਦ ਬਣ ਗਏ ਹੈ ਅਤੇ ਇਸ ਤੋਂ ਬਾਅਦ ਹੁਣ ਜੰਮੂ ਕਸ਼ਮੀਰ ਤੋਂ ਸਾਂਸਦ ਬਣਨ ਤੋਂ ਬਾਅਦ ਬਾਰਾਮੂਲਾ ਤੋਂ ਉਹ ਵੀ ਅੰਮ੍ਰਿਤਪਾਲ ਦੇ ਨਾਲ ਹੀ ਸਹੁੰ ਚੁੱਕਣ ਦੇ ਲਈ ਆਉਂਦੇ ਪਏ ਹੈ। ਇਸ ਸਭ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਜਦੋਂ ਉੱਥੇ ਸਹੁੰ ਚੁਕਾਈ ਜਾਵੇਗੀ ਦਿੱਲੀ ਦੇ ਪਾਰਲੀਮੈਂਟ ਦੇ ਵਿੱਚ, ਤਾਂ ਇੱਕ ਪਾਸੇ ਇਹ ਮੰਨਿਆ ਜਾ ਰਿਹਾ ਹੈ ਕਿ ਪਾਰਲੀਮੈਂਟ ਸੈਸ਼ਨ ਤਾਂ ਸਮਾਪਤ ਹੋ ਗਿਆ ਹੈ ਅਤੇ ਫਿਰ ਜਿਹੜਾ ਲਿਖਿਆ ਗਿਆ ਹੈ ਪੂਰਾ ਸੰਵਿਧਾਨ ਦੇ ਵਿੱਚ ਕਿ ਜਦੋਂ ਵੀ ਮੈਂਬਰ ਪਾਰਲੀਮੈਂਟ ਸਹੁੰ ਚੁੱਕੇਗਾ ਤਾਂ ਉੱਥੋਂ ਲੋਕ ਸਭਾ ਦਾ ਸਪੀਕਰ ਤਾਂ ਹੋਣਾ ਲਾਜ਼ਮੀ ਹੈ, ਤਾਂ ਫਿਰ ਸਹੁੰ ਕਿੱਥੇ ਚੁਕਾਈ ਜਾਵੇਗੀ? ਤਾਂ ਹੁਣ ਜੋ ਖਬਰਾਂ ਸਾਹਮਣੇ ਆਉਂਦੀਆਂ ਪਈਆਂ ਨੇ ਕਿ ਸਪੀਕਰ ਸਾਹਿਬ ਦੇ ਚੈਂਬਰ ਆਫਿਸ ਦੇ ਵਿੱਚ ਇਹ ਪੂਰਾ ਪ੍ਰੋਗਰਾਮ ਹੋਵੇਗਾ
ਅਤੇ ਨਾਲ ਦੀ ਨਾਲ ਇਸ ਪ੍ਰੋਗਰਾਮ ਦੇ ਵਿੱਚ ਅੰਮ੍ਰਿਤਪਾਲ ਨੂੰ ਲੈ ਕੇ ਜਿਹੜੇ ਲੋਕਾਂ ਨੂੰ ਪਿਛੋਕੜ ਬਾਰੇ ਨਹੀਂ ਪਤਾ, ਥੋੜ੍ਹੀ ਜਿਹੀ ਉਸ 'ਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਅੰਮ੍ਰਿਤਪਾਲ ਹੋਣੀ, ਜਿਨ੍ਹਾਂ ਦੀ ਉਮਰ ਮਹਿਜ 31 ਤੋਂ 32 ਸਾਲ ਦੱਸੀ ਜਾਂਦੀ ਹੈ, ਅੰਮ੍ਰਿਤਸਰ ਦੇ ਜੱਲੂ ਖੇੜਾ ਪਿੰਡ ਤੋਂ ਸੰਬੰਧ ਰੱਖਦੇ ਹੈ, ਦੁਬਈ ਚਲੇ ਜਾਂਦੇ ਹੈ। ਪਰ ਜਿਵੇਂ ਹੀ ਕਿਸਾਨੀ ਐਜੀਟੇਸ਼ਨ ਦੀ ਲਹਿਰ ਚੱਲਦੀ ਹੈ, ਦੀਪ ਸਿੱਧੂ ਦਾ ਹਾਦਸੇ ਵਾਲੀ ਖਬਰ ਸਾਹਮਣੇ ਆਉਂਦੀ ਹੈ, ਉਸ ਤੋਂ ਬਾਅਦ ਜਿਹੜਾ ਵਾਰਿਸ ਪੰਜਾਬ ਜਥੇਬੰਦੀ ਚ ਲਾਈ ਗਈ ਸੀ, ਦੀਪ ਸਿੱਧੂ ਤੋਂ ਬਾਅਦ ਅੰਮ੍ਰਿਤਪਾਲ ਹੋਰਾਂ ਨੂੰ ਉਸਦਾ ਵਾਰਿਸ ਬਣਾਇਆ ਗਿਆ ਅਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਈ ਲਹਿਰਾਂ ਚਲਾਈਆਂ ਗਈਆਂ, ਜਿਸ ਦੇ ਵਿੱਚ ਅੰਮ੍ਰਿਤਪਾਲ ਲਹਿਰ ਸਭ ਤੋਂ ਵੱਡੀ ਲਹਿਰ ਚੱਲੀ। ਲੋਕਾਂ ਦੇ ਵੱਲੋਂ, ਨੌਜਵਾਨਾਂ ਦੇ ਵੱਲੋਂ ਨਸ਼ਾ ਛੱਡ ਕੇ ਬਹੁਤ ਵੱਡੇ ਪੱਧਰ 'ਤੇ ਅੰਮ੍ਰਿਤਪਾਲ ਦਸਤਾਰਾਂ ਬੰਨੀਆਂ ਗਈਆਂ ਅਤੇ ਦੂਸਰੇ ਪਾਸੇ ਉਹਨਾਂ ਦੇ ਖਿਲਾਫ਼ ਕਈ ਧਾਰਾਵਾਂ ਲੱਗੀਆਂ। ਇਹਨਾਂ ਧਾਰਾਵਾਂ ਦੇ ਵਿੱਚ ਅਜਨਾਲਾ ਦੀ ਜੇਲ੍ਹ ਦਾ ਕਿੱਸਾ ਬੜਾ ਸੁਰਖੀਆਂ ਦੇ ਵਿੱਚ ਰਿਹਾ, ਜਦੋਂ ਉਹਨਾਂ ਦੇ ਹੀ ਇੱਕ ਸਾਥੀ ਤੂਫਾਨ ਸਿੰਘ ਦੇ ਮਾਮਲੇ ਦੇ ਵਿੱਚ ਅੰਮ੍ਰਿਤਪਾਲ ਆਪਣੇ ਸਾਥੀਆਂ ਦੇ ਨਾਲ ਉੱਥੇ ਜਾਂਦੇ ਆ, ਪਰ ਉੱਥੇ ਕਈ ਇਲਜ਼ਾਮ ਲੱਗਦੇ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਢਾਲ ਬਣਾਈ ਗਈ। ਉਸ ਤੋਂ ਬਾਅਦ ਕਈ ਮਾਮਲੇ ਵੱਧਦੇ ਗਏ ਅਤੇ ਇਹਨਾਂ ਮਾਮਲਿਆਂ ਦੇ ਵਿੱਚ ਫਰਾਰ ਰਿਹਾ ਅੰਮ੍ਰਿਤਪਾਲ। ਕਈ ਵੀਡੀਓਜ਼ ਵਾਇਰਲ ਹੁੰਦੀਆਂ ਰਹੀਆਂ, ਕਈਆਂ ਫੋਟੋਆਂ ਨਸ਼ਰ ਹੁੰਦੀਆਂ ਰਹੀਆਂ, ਪਰ ਆਖਰ ਦੇ ਵਿੱਚ ਮੋਗੇ ਦੇ ਪਿੰਡ ਰੋਡੇ ਦੇ ਵਿੱਚ ਉਹਨਾਂ ਦੇ ਵੱਲੋਂ ਆਤਮ ਸਮਰਪਣ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਅਸਮ ਦੀ ਡਿਬਰੂਗਾ ਜੇਲ੍ਹ ਦੇ ਵਿੱਚ ਉਹਨਾਂ ਦੇ ਸਾਥੀ, ਭਾਵੇਂ ਕਲਸੀ ਦੀ ਗੱਲ ਕੀਤੀ ਜਾਵੇ, ਭਾਵੇਂ ਮੁੱਖ ਮੰਤਰੀ ਦੀ ਗੱਲ ਕੀਤੀ ਜਾਵੇ, ਉਹਨਾਂ ਨੂੰ ਨਾਲ ਭੇਜ ਦਿੱਤਾ ਗਿਆ। ਲਗਾਤਾਰ ਜੇਲ੍ਹ ਦੇ ਵਿੱਚੋਂ ਵੀ ਇਹ ਆਵਾਜ਼ਾਂ ਸੁਣਨ ਨੂੰ ਮਿਲੀਆਂ ਕਿ ਸਾਨੂੰ ਪੰਜਾਬ ਦੇ ਵਿੱਚ ਭੇਜਿਆ ਜਾਵੇ, ਇੱਥੇ ਉਹਨਾਂ ਦੇ ਨਾਲ ਤਸ਼ੱਦਦ ਦੀਆਂ ਇਲਜ਼ਾਮ ਲੱਗਦੇ ਰਹੇ। ਪਰ ਇਸ ਸਭ ਦੇ ਵਿੱਚ ਲੋਕ ਸਭਾ ਇਲੈਕਸ਼ਨ ਦੇ ਵਿੱਚ ਇੱਕ ਡਿਫਰੈਂਟ ਚੀਜ਼ ਦੇਖਣ ਨੂੰ ਮਿਲਦੀ, ਜਦੋਂ ਇੱਕ ਵੱਡਾ ਫਤਵਾ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਜਾਂਦਾ ਅਤੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾ ਦਿੰਦਾ ਅਤੇ ਉਸ ਤੋਂ ਬਾਅਦ ਜੋ ਹੋਇਆ ਅਸੀਂ ਪਹਿਲਾਂ ਉਸ ਦੇ ਬਾਰੇ ਜਾਣਕਾਰੀ ਦਿੱਤੀ। ਪਰ ਹੁਣ ਇਸ ਸਭ ਦੇ ਵਿੱਚ ਸਭ ਤੋਂ ਵੱਡੀ ਗੱਲ ਕਿ 4 ਦਿਨ ਦੀ ਪੈਰੋਲ 'ਤੇ ਅੰਮ੍ਰਿਤਪਾਲ ਹੈ, ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਦੱਸ ਦਿੱਤਾ ਗਿਆ ਹੈ। ਸਰਬਜੀਤ ਸਿੰਘ ਖਾਲਸਾ ਦਾ ਇਹ ਕਹਿਣਾ ਹੈ ਕਿ ਜਿਹੜੇ MP ਹੁੰਦੇ ਨੇ ਉਹ ਪਹੁੰਚ ਸਕਦੇ ਆ ਸਹੁੰ ਚੁੱਕ ਸਮਾਗਮ ਦੇ ਵਿੱਚ, ਕਿ ਹੁਣ ਜਦੋਂ ਉਹ ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਆਉਣਗੇ, ਲੋਕ ਕੀ ਪਹੁੰਚ ਕਰਨ ਦੀ ਕੋਸ਼ਿਸ਼ ਕਰਨਗੇ, ਜਾਂ ਪਰਿਵਾਰ ਦੇ ਵੱਲੋਂ ਵਕੀਲ ਸਾਹਿਬਾਨਾਂ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਬੈਠੋ। ਇਸ ਸਭ ਸਿਨੈਰੀਓ ਦੇ ਵਿੱਚ ਅੰਮ੍ਰਿਤਪਾਲ ਦੇ ਬਾਕੀ ਸਾਥੀਆਂ ਦੇ ਵੱਲੋਂ ਵੀ ਜ਼ਿਮਨੀ ਚੋਣਾਂ ਦੇ ਵਿੱਚ ਨੋਮੀਨੇਸ਼ਨ ਭਰਨ ਦਾ ਦਾਅਵਾ ਉਹਨਾਂ ਦੇ ਪਰਿਵਾਰਾਂ ਦੇ ਵੱਲੋਂ ਕਰ ਦਿੱਤਾ ਗਿਆ ਹੈ। ਆਉਣ ਵਾਲੇ ਸਮੇਂ ਦੇ ਵਿੱਚ, ਹੁਣ ਜੇਕਰ ਇਸ ਤੋਂ ਪਹਿਲਾਂ ਉਹਨਾਂ ਦੇ ਵਕੀਲ ਦੀ ਗੱਲ ਕੀਤੀ ਜਾਵੇ, ਉਹਨਾਂ ਨੇ ਇਹ ਜ਼ਿਕਰ ਕੀਤਾ ਸੀ ਰਾਜਦੇਵ ਖਾਲਸਾ ਦੇ ਵੱਲੋਂ ਕਿ 60 ਦਿਨ ਦਾ ਪ੍ਰੋਸੀਜ਼ਰ ਹੁੰਦਾ। ਜਦੋਂ ਅਸੀਂ ਇਸ ਪ੍ਰੋਸੀਜ਼ਰ ਦੇ ਵਿੱਚ ਜੇ ਕੋਈ ਜਿਹੜਾ ਸੰਸਦ ਬਣੇ ਆ ਉਹ ਹਲਫ ਸਹੁੰ ਨਹੀਂ ਚੁੱਕਦਾ, ਤਾਂ ਇਹ ਚੀਜ਼ਾਂ ਜਿਹੜੀਆਂ ਪੂਰਾ ਸਨੈਰੀਓ ਪ੍ਰੋਗਰਾਮ ਹੁੰਦਾ ਇਸ ਹਲਫ ਚੁੱਕਣ ਦਾ, ਸਹੁੰ ਚੁੱਕਣ ਦਾ, ਉਹ ਕੈਂਸਲ ਹੋ ਜਾਂਦਾ। ਤਾਂ ਇਸ ਕਰਕੇ ਚਿੰਤਾ ਜਤਾਈ ਜਾ ਰਹੀ ਸੀ ਉਹਨਾਂ ਦੇ ਵਕੀਲਾਂ ਦੇ ਵੱਲੋਂ, ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਵਾਰ ਵਾਰ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ ਅਤੇ ਇਹ ਕਿਹਾ ਗਿਆ ਕਿ ਸਾਨੂੰ ਪੂਰਾ ਮਾਣਯੋਗ ਅਦਾਲਤਾਂ 'ਤੇ ਵਿਸ਼ਵਾਸ ਹੈ ਅਤੇ ਉਸ ਤੋਂ ਬਾਅਦ ਜੋ ਹੋਇਆ ਤੁਹਾਡੇ ਸਾਹਮਣੇ ਹੈ। ਅਤੇ ਹੁਣ 4 ਦਿਨ ਦੀ ਪਰੋਲ ਦੇ ਵਿੱਚ ਕੀ ਨਵਾਂ ਦੇਖਣ ਨੂੰ ਮਿਲੇਗਾ, ਉਹਨਾਂ ਦੇ ਸਾਥੀ ਜਿਹੜੇ ਕਿ ਜ਼ਿਮਨੀ ਚੋਣ ਦੇ ਵਿੱਚ ਉਤਰਨ ਵਾਲੇ ਨੇ, ਲੋਕ ਉਹਨਾਂ ਦੇ ਹੱਕ ਦੇ ਵਿੱਚ ਕੀ ਫਤਵਾ ਦੇਣਗੇ, ਇਸ 'ਤੇ ਸਾਡੀ ਨਜ਼ਰ ਬਣੀ ਰਹੇਗੀ।